हाँ जी दोस्तों, सब तो पहला तो प्यार भरी सत श्री अकाल जी। दोस्तों हुण तक आपां यूट्यूब ते अमर सिंह चमकीला अते बीबा अमरजोत जी दे अनेकां ही अखाड़े वेख अते सुन चुके हां। ते इन्हां अखाड़ियां विच अमर सिंह चमकीला जी हर किसी नूं टीचर करदे आम ही वेखे जा सकते हैं, क्योंकि ओह उन्हां दे सुभाअ दे विच सी। ते टीचर भी इहो जिही करदे सी जिवें कि इक वीडियो दे विच बंत रामपुरे वाला जी कह रहे ने, चमकीले वर्गे टीचर कोई नहीं कर सकदा सी। ओह ऐसे ही टीचर करदा सी, बंदे नूं डेढ़ घंटे बाद पता लगदा सी मैनूं कह की दित्ता। इह गल 1988 दे फरवरी महीने दी है, जदों इक अखाड़े विच चमकीला जी नूं कीती अपने ही टीचर ते सोचना पै गया सी, क्योंकि उन्हां ओह टीचर पंजाब पुलिस दे एक बड़े अफसर नूं कीती सी। ते अज दी कहानी भी दोस्तो उसे पंजाब पुलिस दे अफसर नाल जुड़ी हुई है। जदों ओह अमर सिंह चमकीला जी दे दफ्तर विखे पूरे लाम लश्कर नाल आउंदा है, ते जदों दफ्तर दीआं पौड़ियां चढ़ते उस अफसर नूं वेख अमर सिंह चमकीला जी दफ्तर तों दूजे पासे नूं जाण लगे। तां अगे दी सारी गल्लबात दोस्तो तुहानूं इस वीडियो विच दसदे हां, आजो गल्लबात शुरू करदे हां। ਇਹ ਗੱਲ ਕੋਈ ਸੰਨ 1988 ਦੇ ਫਰਵਰੀ ਮਹੀਨੇ ਦੀ ਹੈ, ਜਦੋਂ ਇੱਕ ਪੁਲਿਸ ਦੀ ਗੱਡੀ ਆ ਕੇ ਅਚਾਨਕ ਅਮਰ ਸਿੰਘ ਚਮਕੀਲੇ ਦੇ ਦਫ਼ਤਰ ਮੂਹਰੇ ਰੁਕੀ। ਗੱਡੀ ਵਿੱਚੋਂ ਇੱਕ DSP ਆਪਣੇ ਲਾਮ ਲਸ਼ਕਰ ਸਮੇਤ ਅਮਰ ਸਿੰਘ ਚਮਕੀਲੇ ਦੇ ਦਫ਼ਤਰ ਦੀਆਂ ਪੌੜੀਆਂ ਚੜ੍ਹਦਾ ਹੈ। ਹਰਜੀਤ ਗਿੱਲ ਉਸ ਦਿਨ ਦਫ਼ਤਰ ਵਿੱਚ ਬੈਠਾ ਸੀ, ਅਤੇ ਚਮਕੀਲਾ ਦਫ਼ਤਰ ਦੇ ਬਾਹਰ ਛੋਲੇ ਕੁਲਚਿਆਂ ਵਾਲੀ ਰੇਹੜੀ 'ਤੇ ਖੜ੍ਹਾ ਕਿਸੇ ਨਾਲ ਗੱਲਾਂ ਕਰ ਰਿਹਾ ਸੀ। ਚਮਕੀਲੇ ਨੇ ਜਿਵੇਂ ਹੀ ਆਪਣੇ ਦਫ਼ਤਰ ਵਿੱਚ ਜਾਂਦੇ ਪੁਲਿਸ ਵਾਲੇ ਦੇਖੇ ਤਾਂ ਉਸਦੇ ਸਾਹ ਸੁੱਤੇ ਗਏ ਸੀ। ਸਡੋਲ ਸਰੀਰ ਅਤੇ ਲੰਮਾ ਕੱਦ ਹੋਣ ਦੇ ਬਾਵਜੂਦ ਵੀ ਉਹ ਸੁਭਾਅ ਦਾ ਥੋੜ੍ਹਾ ਡਰੂ ਸੀ। ਸ਼ਾਇਦ ਇਸ ਪਿੱਛੇ ਬਚਪਨ ਤੋਂ ਹੰਢਾਈ ਉਸਦੀ ਗਰੀਬੀ ਦਾ ਹੱਥ ਸੀ। ਇਹ ਵੀ ਇੱਕ ਹਕੀਕਤ ਸੀ ਕਿ ਚਮਕੀਲੇ ਦੇ ਗੀਤ ਸੁਣ ਕੇ ਲੋਕਾਂ ਵਿੱਚ ਜੋਸ਼ ਆ ਜਾਂਦਾ ਸੀ ਅਤੇ ਉਹ ਆਪਣੇ ਆਪ ਨੂੰ ਦਲੇਰ ਅਤੇ ਖਾੜਕੂ ਸਮਝਣ ਲੱਗ ਜਾਂਦੇ ਸੀ। ਚਮਕੀਲੇ ਦੇ ਗੀਤਾਂ ਦੇ ਪਾਤਰ ਅਕਸਰ ਬੈਲੀ, ਬਦਮਾਸ਼ ਅਤੇ ਲੜਾਕੇ ਹੋਇਆ ਕਰਦੇ ਸੀ, ਪਰ ਅਸਲ ਜ਼ਿੰਦਗੀ ਵਿੱਚ ਚਮਕੀਲਾ ਬਹੁਤ ਸਾਊ, ਡਰੂ, ਨਮਾਣਾ, ਨਰਮ, ਰਹਿਮ ਦਿਲ ਅਤੇ ਨਿਮਰ ਸੁਭਾਅ ਦਾ ਬੰਦਾ ਸੀ। ਪੁਲਿਸ ਵਾਲੇ ਦਫ਼ਤਰ ਵਿੱਚ ਜਾਂਦੇ ਵੇਖ ਚਮਕੀਲੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਉਸਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕਰੇ ਤਾਂ ਕੀ ਕਰੇ। ਉਹ ਅੱਖ ਬਚਾ ਕੇ ਉੱਥੋਂ ਭੱਜ ਜਾਵੇ ਜਾਂ ਫਿਰ ਦਫ਼ਤਰ ਵਿੱਚ ਜਾ ਕੇ ਪੁਲਿਸ ਦੇ ਆਉਣ ਦਾ ਕਾਰਨ ਪਤਾ ਕਰੇ। ਕੁਝ ਪਲਾਂ ਦੀਆਂ ਜੱਕਾਂ ਤੱਕਾਂ ਉਪਰੰਤ ਉਸਦੇ ਮਨ ਅੰਦਰੋਂ ਆਵਾਜ਼ ਆਈ ਸੀ ਕਿ ਤੂੰ ਕਿਹੜਾ ਕੋਈ ਗੁਨਾਹ ਕੀਤਾ ਜੋ ਪੁਲਿਸ ਨੂੰ ਦੇਖ ਕੇ ਭੱਜਦਾ ਫਿਰੇ। ਚਮਕੀਲਾ ਮਨ ਕਿਹੜਾ ਜਿਹਾ ਕਰਕੇ ਜਿਵੇਂ ਹੀ ਆਪਣੇ ਦਫ਼ਤਰ ਵੱਲ ਜਾਣ ਲੱਗਾ ਤਾਂ ਉਸਨੂੰ ਯਾਦ ਆ ਗਿਆ ਸੀ ਕਿ 2 ਕੁ ਦਿਨ ਪਹਿਲਾਂ ਇੱਕ ਮੇਲੇ ਦੇ ਪ੍ਰੋਗਰਾਮ 'ਤੇ ਉਸਨੇ ਸਟੇਜ ਤੋਂ ਕੁਝ ਚਾਂਬੜੇ ਹੋਏ ਪੁਲਿਸੀਆਂ ਨੂੰ ਮਖੌਲ ਕੀਤੇ ਸੀ। ਚਮਕੀਲੇ ਨੂੰ ਚੌੜ ਵਿੱਚ ਆ ਕੇ ਕਰੀਆਂ ਹੋਈਆਂ ਟੀਚਰਾਂ ਯਾਦ ਆ ਗਈਆਂ ਸੀ। ਲੈ ਵੀ ਚਮਕੀਲਿਆ, ਹੁਣ ਤਾਂ ਪੱਕਾ ਫੈਂਟਾ ਚੜ੍ਹੂ। ਚਮਕੀਲਾ ਮਨ ਬਚਨੀ ਕਰਦਾ ਹੋਇਆ ਆਪਣੇ ਦਫ਼ਤਰ ਤੋਂ ਉਲਟ ਦਿਸ਼ਾ ਨੂੰ ਮੁੜਨ ਲੱਗਾ ਹੀ ਸੀ ਤਾਂ ਹਰਜੀਤ ਗਿੱਲ ਨੇ ਅੰਦਰੋਂ ਆ ਕੇ ਹਾਕ ਮਾਰ ਦਿੱਤੀ ਸੀ। ਗਿੱਲਾ ਸੁੱਖ ਹੈ? ਚਮਕੀਲੇ ਦੇ ਕੰਬਦੇ ਹੋਏ ਬੁੱਲਾਂ ਵਿੱਚੋਂ ਮਸਾਂ ਹੀ ਨਿਕਲਿਆ ਸੀ। ਹਾਂਜੀ, ਉਹ ਪ੍ਰੋਗਰਾਮ ਬੁੱਕ ਕਰਨਾ ਆ, ਗਿੱਲ ਨੇ ਦੱਸਿਆ। ਤਾਂ ਮਸਾਂ ਚਮਕੀਲੇ ਦੀ ਜਾਨ ਵਿੱਚ ਜਾਨ ਪਈ ਸੀ। ਉਹ ਦਫ਼ਤਰ ਵਿੱਚ ਗਿਆ ਤਾਂ DSP ਅਤੇ ਬਾਕੀ ਸਾਰੇ ਉਸਦੇ ਨਾਲ ਦੇ ਪੁਲਿਸੀ ਚਮਕੀਲੇ ਨੂੰ ਜੱਫੀ ਪਾ ਕੇ ਮਿਲੇ ਸੀ। ਉਸ ਨੂੰ ਬੈਠਣ ਦਾ ਇਸ਼ਾਰਾ ਕਰਕੇ ਚਮਕੀਲਾ ਹੱਥ ਜੋੜ ਕੇ ਨਿਮਰਤਾ ਨਾਲ ਖੜ੍ਹ ਗਿਆ ਸੀ। ਹੁਕਮ ਕਰੋ ਸਰਕਾਰ, ਪ੍ਰੋਗਰਾਮ ਬੁੱਕ ਕਰਨ ਆਏ ਸੀ ਯਾਰ। ਤੇਰਾ ਬੰਦਾ ਕਹਿੰਦਾ ਪਹਿਲਾਂ ਦਾ ਹੀ ਬੁੱਕ ਆ ਕਿਸੇ ਹੋਰ ਦਾ ਉਦਣ ਦਾ ਪ੍ਰੋਗਰਾਮ। ਮੈਂ ਦੇਖ ਲੈਂਦਾ ਜੀ, ਕੋਈ ਗੱਲ ਨਹੀਂ, ਗਿੱਲ ਕਿੱਦਣ ਦਾ ਪ੍ਰੋਗਰਾਮ ਅਤੇ ਕਿੱਥੇ ਦਾ ਹੈ? ਚਮਕੀਲਾ ਡੈਰੀ ਖੁੱਲ੍ਹਦਾ ਹੋਇਆ ਬੋਲਿਆ ਸੀ। ਭੰਬਰਪੁਰ ਦਾ ਪ੍ਰੋਗਰਾਮ ਆ ਜੀ ਇਹਨਾਂ ਦਾ, 31/2/1988 ਨੂੰ। ਗਿੱਲ ਡੈਰੀ ਵਿੱਚ ਬੁੱਕ ਹੋਇਆ ਹੋਰ ਜਗ੍ਹਾ ਦਾ ਪ੍ਰੋਗਰਾਮ ਦਿਖਾਉਣ ਲੱਗ ਪਿਆ ਸੀ। ਚਮਕੀਲਾ ਡੈਰੀ ਦੇ ਬੁੱਕ ਹੋਏ ਉਸ ਦਿਨ ਦੇ ਪੰਨੇ ਨੂੰ ਗੌਰ ਨਾਲ ਦੇਖਣ ਲੱਗ ਪਿਆ ਸੀ। ਉਹ ਦੇਖਦਾ ਹੋਇਆ ਸੋਚ ਰਿਹਾ ਸੀ ਕਿ ਸਾਹਮਣੇ ਬੈਠੇ ਪੁਲਿਸ ਵਾਲਿਆਂ ਨੂੰ ਹੁਣ ਕੀ ਜਵਾਬ ਦੇਈਏ, ਕਿਉਂਕਿ ਉਸ ਲਈ ਪੁਲਿਸ ਵਾਲਿਆਂ ਦਾ ਅਖਾੜਾ ਲਗਾਉਣਾ ਅਸੰਭਵ ਸੀ। ਕੁਝ ਦੇਰ ਜਦੋਂ ਚਮਕੀਲਾ ਕੁਝ ਨਹੀਂ ਸੀ ਬੋਲਿਆ ਤਾਂ DSP ਨਾਲ ਆਇਆ ਹੌਲਦਾਰ ਬੋਲਿਆ ਸੀ, ਹਾਂ ਫਿਰ ਦੱਸ ਕੁਛ। ਮਾਲਕੋ ਮਾਫ਼ੀ ਮੰਗਦਾ, ਮੈਂ ਅਖਾੜਾ ਨਹੀਂ ਲਾ ਸਕਦਾ ਉੱਦਣ। ਮੇਰਾ ਗੁਰੂ ਭਾਈ ਆ ਪਾਰਸ, ਉਹ ਵਧੀਆ ਗਾਉਂਦਾ, ਮੈਂ ਆਪਣੀ ਥਾਂ ਪਾਰਸ ਨੂੰ ਭੇਜ ਦਿੰਦਾ। ਨਿਮਰਤਾ ਨਾਲ ਚਮਕੀਲੇ ਨੇ ਹੱਥ ਜੋੜ ਦਿੱਤੇ ਸੀ। ਚਮਕੀਲਿਆ, ਗਾਵੇਂਗਾ ਤਾਂ ਤੂੰ ਹੀ, ਚਾਹੇ ਸਾਨੂੰ ਘੜੀਸ ਕੇ ਨਾ ਲਿਜਾਣਾ ਪਵੇ, DSP ਰੋਹਬ ਨਾਲ ਬੋਲਿਆ ਸੀ। ਉਹ ਤਾਂ ਜੇ ਤੋਰ ਕੇ ਲਿਜਾਵੋਂਗੇ ਮੈਂ ਤਾਂ ਵੀ ਚਲੇ ਜਾਊਂ, ਪਰ ਤੁਸੀਂ ਮੇਰਾ ਸਰੀਰ ਲੈ ਜਾਊਂਗੇ,
मेरे अंदरले कलाकार नूं नहीं मोतियां वालियो, मैं खुल के गा नहीं सकूंगा। मेरे मन अंदर किसी होर दा बुक होया प्रोग्राम छड्डण दा दुख होवेगा। दिमाग उपर बोझ रख के मैं किवें गाऊंगा। बेचारा जिहा बने बैठे चमकीले नूं देख के DSP ढिल्ला जिहा पै गया सी। देख चमकीलिया, मैं तेरा बहुत बड़ा फैन हाँ, बड़ी आस लैके आई हाँ यार असी, साडा दिल ना तोड़, जिवें मर्जी हेठ उत्ते करके साडा प्रोग्राम बुक कर। चमकीले दे चेहरे उपर भय उड गया ते रौनक आ गई सी। जे इह गल है तां इक कम कर दिओ, 2 बजे साडा प्रोग्राम मुकना है ते उत्थों सानू तुहाडे कोल आउण नूं 3 घंटे लगणगे। तुसीं अपना प्रोग्राम 5 बजे तों बाद दा रख लो, फिर मैं उड़ा दूं बूंदियां। भावें 6 बजे आ जी, DSP झट बोलिया सी। चमकीले ने प्रोग्राम बुक करके उन्हां लई चाह पानी मंगा लिया सी। जदों उठ के बाहर जाण लगे तां चमकीला उन्हां नूं सत्कार वजों उन्हां दी गड्डी तक छड्डण चला गया सी। गड्डी विच बैठ के DSP चमकीले नाल हथ मिलाउण लगा, कहिंदा, चमकीले तेरे नाल इक होर गिला यार, तूं देवरां भरजाइयां जेठां जेजे सालियां ते ड्राइवरां दे गीत तां बथेरे गाए ने, पर पुलिस वालियां ते इक नहीं गाया। ਉਹ ਡਰਦੇ ਨੇ ਨਹੀਂ ਗਾਇਆ ਬਈ, ਕਿਤੇ ਢਾ ਕੇ ਨਾ ਕੁੱਟੋ। ਵੈਸੇ ਇੱਕ ਨਵੇਂ ਗੀਤ ਵਿੱਚ ਮੈਂ ਕਿਹਾ ਸੀ, ਪੁਲਿਸ ਡਰਾਈਵਰ ਤੇ ਗਾਉਣ ਵਾਲੇ ਸਾਰੇ ਇੱਕੋ ਕੋਠੀ ਦੇ ਤਾਲੇ। ਆਹੋ ਆਹੋ, ਕੀ ਚਮਕੀਲੇ ਨੂੰ ਮੈਂ ਕਹਿਣਾ ਇਹਦਾ ਕਿਹੜਾ ਕੋਟਲਾ ਢਹਿਣਾ, ਪੁੱਠੇ ਰਾਹ ਪੈਂਦੇ ਨੇ, ਅੱਖ ਨਾਲ ਤੀਵੀਂ ਦੀ ਤਲਾਸ਼ੀ ਲੈਂਦੇ ਨੇ। DSP ਨੇ ਚਮਕੀਲੇ ਦਾ ਹੱਥ ਘੁੱਟ ਲਿਆ ਸੀ ਅਤੇ ਮੁਸਕਰਾ ਕੇ ਉਸ ਤੋਂ ਵਿਦਾ ਲੈਂਦਿਆਂ ਗੱਡੀ ਨੂੰ ਚਲਾਉਣ ਦਾ ਆਪਣੇ ਡਰਾਈਵਰ ਨੂੰ ਆਦੇਸ਼ ਦੇ ਦਿੱਤਾ ਸੀ। ਬਹੁਤ ਬਹੁਤ ਧੰਨਵਾਦ ਦੋਸਤੋ, ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ।